सत श्री अकाल जी, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਦੇਵ ਖਰੋੜ ਦੀ ਮੂਵੀ ਬਲੈਕੀਆ ਦੇ ਟੀਜ਼ਰ ਬਾਰੇ ਗੱਲ ਕਰਾਂਗੇ। ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਗੱਲ ਕਰੀਏ ਬਲੈਕੀਆ ਮੂਵੀ ਦੀ, ਜੇ ਮੂਵੀ ਦੀ ਰਿਲੀਜ਼ ਡੇਟ 'ਤੇ ਕਨਫਰਮ ਕਰਤੀ ਗਈ ਹੈ। ਇਹ ਮੂਵੀ ਸਾਨੂੰ ਸਤੰਬਰ ਦੇ ਵਿੱਚ ਦੇਖਣ ਨੂੰ ਮਿਲੂਗੀ, 2 ਸਤੰਬਰ ਨੂੰ। ਅਤੇ ਇਸ ਮੂਵੀ ਦੀ ਜੇ ਟੀਜ਼ਰ ਬਾਰੇ ਗੱਲ ਕਰੀਏ ਤਾਂ ਟੀਜ਼ਰ ਵੇਖ ਕੇ ਸਾਨੂੰ ਇੱਕ ਇਹੋ ਲੱਗਦਾ ਹੈ ਕਿ ਟੀਜ਼ਰ ਦੇ ਵਿੱਚ ਕੋਈ ਉਹਨਾਂ ਨੇ ਕਮੀ ਨਹੀਂ ਛੱਡੀ, ਸਾਰੀਆਂ ਕਮੀਆਂ ਪੂਰੀਆਂ ਕਰਤੀਆਂ ਨੇ, ਕੋਈ ਵੀ ਕਮੀ ਦੇਖਣ ਨੂੰ ਨਹੀਂ ਮਿਲੂਗੀ। ਇੰਦਰਾ ਗਾਂਧੀ ਨੇ ਕੀ ਕਿਹਾ, ਉਹ ਕਿਹਾ, ਇਹ ਮੂਵੀ ਪੁਰਾਣੇ ਸਮੇਂ ਤੁਸੀਂ ਜਾਣਦੇ ਜੇ। ਜੇ ਗੱਲ ਕੀਤੀ ਜਾਏ ਇਸ ਮੂਵੀ ਦੇ ਟੀਜ਼ਰ ਬਾਰੇ ਤਾਂ ਇਹ ਮੂਵੀ KGF ਜੋ ਸਾਊਥ ਦੀ ਮੂਵੀ KGF ਆ ਉਹਦੇ ਨਾਲ ਪੂਰਾ ਮੈਚ ਕਰਦੀ ਹੈ। ਅਤੇ ਪੰਜਾਬੀ ਵੀ ਸਿਨੇਮਾ ਪਿੱਛੇ ਨਹੀਂ ਰਿਹਾ, ਹੁਣ ਉਹ ਵੀ KGF ਵਰਗੀਆਂ ਅਤੇ ਬਾਹੂਬਲੀ ਵਰਗੀਆਂ ਫਿਲਮਾਂ ਬਣਾ ਰਿਹਾ ਹੈ, ਕਿਉਂਕਿ ਫਿਲਮ ਮੋੜ ਆਈ, ਫਿਰ ਮਸਤਾਨੇ ਆ ਰਹੀ ਹੈ, ਫਿਰ ਇਹਦੇ ਬਾਰੇ ਬਲੈਕ ਹੀ ਆ। ਅਤੇ ਪੰਜਾਬੀ ਸਿਨੇਮਾ ਬਹੁਤ ਗਰੋ ਕਰ ਰਿਹਾ ਹੈ ਅਤੇ ਇਹ ਮੂਵੀ ਸਾਨੂੰ ਸਤੰਬਰ ਵਿੱਚ ਦੇਖਣ ਮਿਲੂਗੀ। ਇਸ ਮੂਵੀ ਦਾ ਟੀਜ਼ਰ ਤਾਂ ਆ ਚੁੱਕਾ ਹੈ ਅਤੇ ਟ੍ਰੇਲਰ ਵੀ ਸਾਨੂੰ ਜਲਦੀ ਦੇਖਣ ਮਿਲੂਗਾ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅੱਗੇ ਜੋ ਵੀ ਅਪਡੇਟ ਹੋਏਗੀ ਅਸੀਂ ਤੁਹਾਨੂੰ ਅਪਡੇਟ ਕਰ ਦਿਆਂਗੇ। ਧੰਨਵਾਦ।